ਪਰਫਾਰਮੈਂਸ ਪਾਵਨੀ ਕੀ ਲੱਗਦਾ ਜੱਜਸ ਨੂੰ ਕਿਵੇਂ ਦੀ ਲੱਗੀ ਹੈ? ਇਹ ਤਾਂ ਜੱਜਸ ਨੇ ਪਤਾ ਕਿਵੇਂ ਦੀ ਲੱਗੀ ਹੈ, ਮੈਂ ਤਾਂ ਆਪਣਾ ਬੈਸਟ ਦਿੱਤਾ ਹੈ। ਓਕੇ ਅਫਸਾਨਾ ਜੀ ਤੋਂ ਸ਼ੁਰੂਆਤ ਕਰਦੇ ਹਾਂ। ਮੈਨੂੰ ਤਾਂ ਸਾਡੇ ਜਿਹੜੇ ਆਰਟਿਸਟ ਨੇ ਆਪਣੇ ਕੌਰਵੀ, ਉਹਨਾਂ ਦੀ ਯਾਦ ਆ ਗਈ ਕਿ ਸੇਮ ਲੁੱਕ ਤੋਂ ਵੀ ਲੱਗ ਰਹੇ ਨੇ ਤੇ ਉਹਨਾਂ ਦਾ ਗਾਣਾ ਸੀ, ਬਹੁਤ ਸੋਹਣਾ ਗਾਇਆ ਤੁਸੀਂ। ਗੋਡ ਬਲੈਸ ਯੂ ਐਂਡ ਬੈਸਟ ਆਫ ਲੱਕ। ਥੈਂਕ ਯੂ ਮੈਮ। ਥੈਂਕ ਯੂ। ਥੈਂਕ ਯੂ ਸੋ ਮਚ ਅਫਸਾਨਾ ਜੀ। ਸਚਿਨ ਜੀ, ਵਾਓ ਪਾਵਨੀ, ਯੂ ਆਰ ਅ ਪਾਵਰ ਹਾਊਸ। ਥੈਂਕ ਯੂ ਸਰ। ਸੋ ਵੀਲ ਕਾਲ ਯੂ ਪਾਵਰ ਹਾਊਸ ਪਾਵਨੀ। ਸ਼ੋਰ ਸਰ। ਹੈ ਨਾ? ਹਾਂਜੀ ਹਾਂਜੀ। ਮੈਂ ਤਾਂ ਬਹੁਤ ਇੰਜੋਏ ਕੀਤਾ। ਕੁਦਰਤੀ ਇਹ ਵੀ ਗੱਲ ਹੈ ਕਿ ਤੁਸੀਂ ਪੀਲੇ ਸੂਟ ਦੀ ਗੱਲ ਕਰ ਰਹੇ ਸੀ ਤੇ ਪੀਲਾ ਹੀ ਪਾਇਆ ਹੈ। ਗੋਡ ਬਲੈਸ ਯੂ, ਬਹੁਤ ਸੋਹਣਾ ਸੀਗਾ। ਥੈਂਕ ਯੂ। ਥੈਂਕ ਯੂ ਸੋ ਮਚ ਜੀ। ਮੰਨਤ ਜੀ ਕਾਫੀ ਇੰਜੋਏ ਕਰ ਰਹੇ ਸੀ। ਹਾਂਜੀ, ਮੈਂ ਇੰਜੋਏ ਕਰ ਰਹੀ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਪਾਵਨੀ ਆਏਗੀ ਤੇ ਮੈਨੂੰ ਲੈ ਕੇ ਜਾਏਗੀ ਨੱਚਣ ਲਈ। ਮੈਂ ਰੈਡੀ ਸੀ ਬਟ ਮੈਨੂੰ ਬੋਲਿਆ ਨਹੀਂ, ਫਿਰ ਮੈਂ ਵੀ ਥੋੜੀ ਜੀ। ਪਾਵਨੀ ਹੁਣਾ ਕੇ ਲੈ ਜਾਂਦੀ, ਤੁਸੀਂ ਡਾਂਸ ਕਰਨ ਵਾਲੇ ਤਾਂ ਬਣੋ। ਗੋ ਅਹੈਡ ਪਾਵਨੀ ਪਲੀਜ਼। ਯੈਸ ਮੰਨਤ ਜੀ ਨੂੰ ਇੱਥੇ ਲੈ ਜਾਓ, ਇਕੱਲੀ ਨਹੀਂ ਆਉਂਗੀ ਨਾ। ਮੰਨਤ 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 Thank you so much.